ਕੀ ਲੱਗਦਾ ਕਿੰਨੀ ਲੀਡ ਤੋਂ ਜਿੱਤੋਗੇ? ਨਹੀਂ ਇਹ ਤਾਂ ਮੈਂ ਪੋਲੀਟੀਕਲ ਐਨਾਲਿਸਟ ਨਹੀਂ ਕਿ ਮੈਂ ਬੈਠੇ ਬਿਨਾਂ ਵਜ੍ਹਾ ਨਾਲ ਇਹੋ ਜਿਹੀ ਪ੍ਰਚਾਰ ਕਰ ਰਹੇ ਹੋ, ਪਤਾ ਲੱਗ ਹੀ ਜਾਂਦਾ ਆਪਾਂ ਨੂੰ, ਮੈਂ ਵਹਿਮੀ ਵੀ ਬਹੁਤ ਹੈ। ਆਮ ਆਦਮੀ ਪਾਰਟੀ ਦੇ ਸਰਪ੍ਰਸਤ ਕੇਜਰੀਵਾਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ, ਕੱਲ੍ਹ ਵਿਰੋਧ ਹੋਇਆ ਬਰਨਾਲਾ ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ, ਅਤੇ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਕੈਪਟਨ ਸਰਕਾਰ ਦੇ ਭੇਜੇ ਹੋਏ ਸੀਗੇ 250 ਰੁਪਏ ਦੇ ਕੇ ਭੇਜੇ ਗਏ ਹੈ ਕਾਂਗਰਸ ਨੇ। ਇੰਨਾ ਟਾਈਮ ਕਿੱਥੇ, ਆਪਦੀਆਂ ਤਾਂ ਮੀਟਿੰਗਸ ਪੂਰੀਆਂ ਨਹੀਂ ਹੁੰਦੀਆਂ। ਪਾਲ ਸਿੰਘ ਖਹਿਰਾ ਦੇ ਪੂਰੀ ਫੈਮਿਲੀ, ਨੂੰਹ, ਬੇਟਾ ਹੈ ਨਾ, ਧਰਮ ਪਤਨੀ, ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ, ਕੀ ਲੱਗਦਾ ਕੋਈ ਇੰਪੈਕਟ ਪਏਗਾ ਇਸ ਦਾ, ਵੋਟਾਂ ਕੁਝ ਜਾਣਗੀਆਂ ਇੱਧਰ? ਮੈਂ ਜੇ ਇੱਧਰੋਂ ਜਿੱਥੋਂ ਦੇ ਅਸੀਂ ਹੈ, ਮੈਂ ਜੇ ਉੱਠ ਕੇ ਉਹ ਜਾ ਕੇ ਜਲੰਧਰ ਵਾਲੇ ਪਾਸੇ ਕੋਸ਼ਿਸ਼ ਕਰਾਂ ਤਾਂ ਥੋੜ੍ਹਾ ਮੁਸ਼ਕਿਲ ਹੀ ਹੋਣਾ ਮੈਨੂੰ, ਕੋਈ ਜੇ ਕੋਈ ਜਾਣਦਾ ਹੀ ਨਹੀਂ ਹੋਊਗਾ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਧਰਮ ਪਤਨੀ ਵੀਨੂ ਬਾਦਲ ਜੀ ਵੱਲੋਂ ਅੱਜ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਦੇ ਹੱਕ ਦੇ ਵਿੱਚ, ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਮੈਡਮ, ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀਆਂ ਚੋਣਾਂ ਨੂੰ ਜੀ? ਸਾਨੂੰ ਤਾਂ, ਮੈਨੂੰ ਤਾਂ ਬੜਾ ਪੋਜ਼ਿਟਿਵ ਲੱਗ ਰਿਹਾ, ਜਿੱਥੇ ਵੀ ਜਾਂਦੇ ਹਾਂ ਬੜਾ ਠੀਕ ਲੱਗ ਰਿਹਾ। ਬਾਕੀ ਤੁਸੀਂ ਦੇਖਣਾ, ਚੋਣ ਪ੍ਰਚਾਰ ਕਰ ਰਹੇ ਹੋ, ਕਿਵੇਂ? ਮੇਰੀ ਡਿਊਟੀ ਸ਼ਹਿਰ 'ਚ ਹੈ, ਸੋ ਸ਼ਹਿਰ ਤਾਂ ਮੈਨੂੰ ਠੀਕ ਲੱਗ ਰਿਹਾ। ਲੋਕਾਂ ਦਾ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਜੀ? ਚੰਗਾ ਮਿਲ ਰਿਹਾ ਰਿਐਕਸ਼ਨ, ਸਭ ਲੋਕ ਠੀਕ ਲੱਗ ਰਿਹਾ, ਤਾਂ ਹੀ ਮੈਂ ਕਹਿ ਰਹੀ ਹਾਂ ਠੀਕ, ਨਹੀਂ ਤਾਂ ਥੋੜ੍ਹਾ ਜਿਹਾ। ਮੈਡਮ, ਸੁਖਪਾਲ ਸਿੰਘ ਖਹਿਰਾ ਦੇ ਪੂਰੀ ਫੈਮਿਲੀ, ਨੂੰਹ, ਬੇਟਾ ਹੈ ਨਾ, ਧਰਮ ਪਤਨੀ, ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ, ਕੀ ਲੱਗਦਾ ਕੋਈ ਇੰਪੈਕਟ ਪਏਗਾ ਇਸ ਦਾ, ਵੋਟਾਂ ਕੁਝ ਜਾਣਗੀਆਂ ਇੱਧਰ? ਮੈਂ ਜੇ ਇੱਧਰੋਂ ਜਿੱਥੋਂ ਦੇ ਅਸੀਂ ਹੈ, ਮੈਂ ਜੇ ਉੱਠ ਕੇ ਉਹ ਜਾ ਕੇ ਜਲੰਧਰ ਵਾਲੇ ਪਾਸੇ ਕੋਸ਼ਿਸ਼ ਕਰਾਂ ਤਾਂ ਥੋੜ੍ਹਾ ਮੁਸ਼ਕਿਲ ਹੀ ਹੋਣਾ ਮੈਨੂੰ, ਕੋਈ ਜੇ ਕੋਈ ਜਾਣਦਾ ਹੀ ਨਹੀਂ ਹੋਊਗਾ, ਸੋ ਪਤਾ ਨਹੀਂ ਉਹਨਾਂ ਦਾ, ਮੈਨੂੰ ਤਾਂ ਨਹੀਂ, ਮੈਂ ਤਾਂ ਦੇਖਿਆ ਨਹੀਂ ਕੋਈ ਇੰਪੈਕਟ, ਪਰ ਜੇ ਕੋਈ ਹੈ ਤਾਂ ਉਹਦੇ ਬਾਰੇ ਤੁਸੀਂ ਜ਼ਿਆਦਾ। ਸੁਖਪਾਲ ਸਿੰਘ ਖਹਿਰਾ ਦੀ ਨੂੰਹ ਰਾਣੀ ਬੜਾ ਘੇਰਦੀ ਹੈ ਕਾਂਗਰਸ ਪਾਰਟੀ ਨੂੰ ਵੀ ਅਤੇ ਰਾਜਾ ਵੜਿੰਗ ਨੂੰ ਵੀ। ਪਿੱਛੇ ਇੱਕ ਸਟੇਟਮੈਂਟ ਵੀ ਆਈ ਸੀ ਕਿ 80 ਸਾਲਾਂ ਦੇ ਜਿਹੜੇ ਬਜ਼ੁਰਗ ਨੇ ਹੈ ਨਾ, ਉਹਨਾਂ ਦੇ ਲਈ ਸ਼ਮਸ਼ਾਨ ਘਾਟ ਬਣਾ ਦਾਂਗੇ, ਬੜਾ ਸਟੇਟਮੈਂਟ ਦਿੰਦੇ ਨੇ, ਤੁਸੀਂ ਕਿਵੇਂ ਦੇਖਦੇ ਹੋ ਜੀ? ਕਿਹਦੀ ਸਟੇਟਮੈਂਟ ਦੀ ਗੱਲ ਕਰ ਰਹੇ ਹੋ? ਸੁਖਪਾਲ ਸਿੰਘ ਖਹਿਰਾ ਦੀ ਨੂੰਹ ਇਸ 'ਤੇ ਬੜਾ ਸਟੇਟਮੈਂਟ ਦਿੰਦੇ ਹੈ ਕਿ ਇੱਕ ਤਾਂ ਇਸ ਤਰ੍ਹਾਂ ਦਾ ਕੈਂਡੀਡੇਟ ਹੈ ਜੋ ਬਜ਼ੁਰਗਾਂ ਦੇ ਲਈ ਸ਼ਮਸ਼ਾਨ ਘਾਟ। ਨਹੀਂ ਨਹੀਂ, ਮਜ਼ਾਕ 'ਚ ਕਹੀ ਗੱਲ, ਆਪਾਂ ਪੰਜਾਬੀ ਹਾਂ, ਆਪਾਂ ਮਜ਼ਾਕੀਆ ਤੌਰ 'ਤੇ ਆਪਾਂ ਬੜੀਆਂ ਗੱਲਾਂ ਕਰਦੇ ਹਾਂ ਕਿ ਉਹ ਇੰਨਾ ਸੋਹਣਾ ਬਣ ਜੂਗਾ, ਉਹ ਮਜ਼ਾਕ ਸੀਗਾ, ਮਜ਼ਾਕ ਵੀ ਅੰਡਰਸਟੈਂਡ ਕਰਨਾ ਕਈ ਵਾਰੀ ਇੰਨੇ, ਔਰ ਉਹ ਸਭ ਨੂੰ ਪਤਾ ਕਿ ਉਹ ਮਜ਼ਾਕ 'ਚ ਸੀ ਗੱਲ। ਇੱਕ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਨਸ਼ਾ ਨਹੀਂ ਖਤਮ ਹੋਇਆ ਬਲਕਿ ਵੱਧ ਗਿਆ, ਡੇਲੀ ਰੈਗੂਲਰ ਇੱਕ ਮੌਤ ਹੋ ਰਹੀ ਹੈ, ਜਦਕਿ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕੈਪਟਨ ਸਾਹਿਬ ਨੇ। ਨਹੀਂ, ਇਹ ਤੁਸੀਂ ਇਹ ਹਰ ਇਸ਼ੂ ਉਹ ਕੀ ਕਹਿੰਦੇ ਆ ਉਹਦੇ ਉਸ 'ਤੇ ਥੋੜ੍ਹਾ ਨਾ ਜਾ ਸਕਦੇ ਹੋ, ਜੋ ਅਸੀਂ ਕਹਿੰਦੇ ਉਹ ਵੀ ਉਹ ਜ਼ਰੂਰੀ ਹੈ ਨਾ, ਕਿ 26,000 ਨਸ਼ਾ ਵੇਚਣ ਵਾਲੇ ਫੜੇ ਗਏ ਆ ਪਿਛਲੇ 2 ਸਾਲਾਂ 'ਚ, ਔਰ ਜਿਹੜਾ ਆਦੀ ਹੋ ਗਿਆ ਹੁੰਦਾ ਨਸ਼ੇ ਲੈਣ ਦਾ, ਜਿਹੜਾ ਉਹਨੂੰ ਛਡਾਉਣਾ ਕੋਈ ਐਡੀ ਸੌਖੀ ਗੱਲ ਨਹੀਂ ਨਾ, ਸੋ ਇਹ ਤਾਂ ਉਹਨਾਂ ਨੂੰ ਵੀ, ਇਹ ਤਾਂ ਹੁਣ ਇੱਕ ਫੜਨ ਵਾਲੀ ਗੱਲ ਹੈ, ਪਰ ਉਹ ਜਿਹੜਾ 26,000 ਫੜਿਆ ਗਿਆ ਉਹ ਦਿਖ ਨਹੀਂ ਰਿਹਾ। ਆਮ ਆਦਮੀ ਪਾਰਟੀ ਦੇ ਸਰਪ੍ਰਸਤ ਕੇਜਰੀਵਾਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ, ਕੱਲ੍ਹ ਵਿਰੋਧ ਹੋਇਆ ਬਰਨਾਲਾ ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ, ਅਤੇ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਕੈਪਟਨ ਸਰਕਾਰ ਦੇ ਭੇਜੇ ਹੋਏ ਸੀਗੇ 250-250 ਰੁਪਏ ਦੇ ਕੇ ਭੇਜੇ ਗਏ ਹੈ ਕਾਂਗਰਸ ਨੇ। ਇੰਨਾ ਟਾਈਮ ਕਿੱਥੇ, ਆਪਦੀਆਂ ਤਾਂ ਮੀਟਿੰਗਸ ਪੂਰੀਆਂ ਨਹੀਂ ਹੁੰਦੀਆਂ, ਔਰ ਕਿੱਥੋਂ ਬੰਦੇ ਲੱਭ ਕੇ ਅਤੇ ਅਸੀਂ 250 ਰੁਪਇਆ ਦੇ ਕੇ ਜਾ ਕੇ ਕਿਸੇ ਹੋਰ ਦੀ, ਔਰ ਜਦੋਂ ਲੋੜ ਹੀ ਨਹੀਂ ਹੈ, ਜਦੋਂ ਆਪ ਹੀ ਉਹਨਾਂ ਦੀ ਜੇ ਨਾ ਇੱਕ ਚੱਲੇ ਉਹਨਾਂ ਦਾ ਕੈਂਪੇਨ ਹੀ ਨਹੀਂ ਚੰਗੀ ਤਰ੍ਹਾਂ ਜੇ ਚੱਲ ਰਿਹਾ, ਜਿਵੇਂ ਇੱਥੇ ਆਪ ਦਾ ਸਾਨੂੰ ਦਿਖ ਹੀ ਨਹੀਂ ਰਿਹਾ ਕੁਛ ਵੀ, ਸੋ ਜੇ ਆਪਦਾ ਕੈਂਪੇਨ ਨਾ ਚੱਲੇ ਤਾਂ ਤੁਸੀਂ ਉਹ ਕਿਸੇ 'ਤੇ ਫਿਰ ਬਲੇਮ ਲਾ ਦਿਉ ਵੀ ਕੋਈ ਖਰਾਬ ਕਰ ਰਿਹਾ। ਸੋ ਮੇਰਾ ਨਹੀਂ ਖਿਆਲ ਇੱਥੇ ਵੀ ਕੋਈ ਸਾਡੇ ਹੋਇਆ, ਕਹਿੰਦੇ ਮੇਰੇ ਜਾਣ ਕੇ ਕੋਈ ਉਹ ਕੀਤਾ ਉਹਨਾਂ ਨੇ ਗੱਡੀ ਵਿੱਚ ਮਾਰੀ, ਪਰ ਬਿਲਕੁਲ ਉਹ ਗਲਤ ਹੈ। ਬਲਜਿੰਦਰ ਕੌਰ 'ਤੇ ਬਿਲਕੁਲ, ਉਹ ਨੋਨ ਪੋਲੀਟੀਕਲ ਵਿਚਾਰੇ ਲੋਕ ਹੈ, ਗਰੀਬ ਲੋਕ ਹੈ ਉਹ, ਜਾ ਕੇ ਦੇਖਿਓ। ਸੋ ਉਹ ਤਾਂ ਇਨਫੈਕਟ ਮੇਰਾ ਖਿਆਲ ਉਹ ਗਰੀਬਾਂ ਨਾਲ ਮਾੜੀ ਹੋ ਰਹੀ ਹੈ, ਕਿਉਂਕਿ ਉਹਨਾਂ ਦੀ ਸਿਕਿਉਰਿਟੀ ਵਾਲੀ ਗੱਡੀ ਜਾ ਕੇ ਮੋਟਰਸਾਈਕਲ ਵਾਲਿਆਂ 'ਚ ਵੱਜੀ, ਔਰ ਸੋ ਉਹਨੂੰ ਬਣਾ ਲਓ ਇੱਕ ਫੈਕਟਰ। ਤੁਸੀਂ ਸਾਥ ਦੇ ਰਹੇ ਹੋ ਉਹਨਾਂ ਦਾ? ਕਿੰਨਾ ਜਿਨ੍ਹਾਂ ਦੀ, ਜਿਹੜੇ ਗਰੀਬ ਲੋਕ ਤੁਸੀਂ ਕਹਿ ਰਹੇ? ਉੱਥੇ ਪਹੁੰਚੀ ਨਹੀਂ ਮੈਨੂੰ ਅਜੇ, ਪਰ ਮੈਨੂੰ ਤਾਂ ਐਵੇਂ ਗੱਲ ਚੱਲਦੀ ਜੇ ਪਤਾ ਚੱਲੀ, ਪਰ ਮੇਰਾ ਨਹੀਂ ਖਿਆਲ ਕਿ ਕਦੀ ਵੀ ਜਿੱਥੇ ਕੋਈ ਗਰੀਬ ਹੈ ਜਿਹਦਾ ਆਹ ਜਿਹੜਾ ਕੇਸ ਹੈ, ਉਹਨੂੰ ਇੱਕ ਪੋਲੀਟੀਕਲ ਰੰਗ ਨਹੀਂ ਦੇ ਦੇਣਾ ਚਾਹੀਦਾ ਆਪਦੇ ਬੈਨੀਫਿਟ ਲਈ। ਇੱਕ ਮੈਮ ਹਰਸਿਮਰਤ ਕੌਰ ਬਾਦਲ ਦਾ ਬੀਤੇ ਦਿਨ, ਸੋਰੀ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਸੱਚਾਈ ਵਾਲੇ ਪਾਸੇ, ਫਿਰ ਤੁਸੀਂ ਸੱਚਾਈ ਨਹੀਂ, ਤੁਸੀਂ ਜਿਹੜੀ ਸੱਚਾਈ ਹੈ ਉਹ ਤਾਂ ਤੁਸੀਂ ਸਮਾਂ ਜਰਨਲਿਸਟ ਹੋ, ਤੁਸੀਂ ਜਾ ਕੇ ਪਤਾ ਕਰੋ ਸੱਚਾਈ ਕੀ ਹੈ।
ਅਸੀਂ ਤਾਂ ਨਹੀਂ ਨਹੀਂ ਬਿਲਕੁਲ ਫਲੈਸ਼ ਹੋ ਰਹੀਆਂ ਖਬਰਾਂ ਸਾਰੀਆਂ, ਸੀਸੀਟੀਵੀ ਵੀ ਨਿਕਲ ਕੇ ਆਈ ਹੈ। ਅਸੀਂ ਇਹ ਪੁੱਛ ਰਹੇ ਹਾਂ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਸਿਆਸੀ ਰੰਗ ਦਿੱਤਾ ਗਿਆ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਜਿਹੜੇ ਮਿਲੀ ਨਹੀਂ ਉਹਨਾਂ ਨੂੰ। ਪਰ ਮੈਨੂੰ ਉਹ ਪਤਾ, ਉਹੀ ਗੱਲ ਮੈਂ ਤੁਹਾਨੂੰ ਐਕਸਪਲੇਨ ਕੀਤੀ ਕਿ ਚੱਲਦੀ ਜੀ ਗੱਲ ਪਤਾ ਚੱਲੀ ਕਿ ਉਹ ਵਿਚਾਰੇ ਤਾਂ ਸਵਾਂ ਮੇਰਾ ਖਿਆਲ ਹੈ ਬਿਨਾਂ ਵਜ੍ਹਾ ਨਾਲ ਉਹਨਾਂ ਦੇ ਮੁੰਡੇ ਮਾਂਡੇ ਫੜੇ ਗਏ। ਇੱਕ ਹਰਸਿਮਰਤ ਕੌਰ ਬਾਦਲ ਦਾ ਮੰਡੀ ਕਲਾ ਦੇ ਵਿੱਚ ਕਿਵੇਂ ਪਤਾ ਚੱਲਿਆ, ਜਿਹੜਾ ਉਹ ਟੇਲਰ ਆਪਣੇ ਆਇਆ ਸੀਗਾ, ਇੱਕ ਜਿਹੜਾ ਸਾਡੇ ਜਿਹੜੇ ਉਹ ਜਿਹੜਾ ਸਟਾਫ ਲੱਗਿਆ ਹੋਇਆ, ਇੱਕ ਉਹ ਵਿਚਾਰਾ ਗਰੀਬੜਾ ਜਿਹਾ ਟੇਲਰ, ਉਹਦੇ ਟਰਾਈ ਦੇਣ ਆਇਆ ਸੀ ਪਜਾਮੇ ਕੁੜਤੇ ਦੀ ਉਹਦੇ ਏਰੀਆ 'ਚ, ਉਹਨੇ ਇਹ ਗੱਲ ਦੱਸੀ ਵੀ ਆਹ ਹੋ ਰਿਹਾ ਉੱਥੇ ਵਿਚਾਰੇ ਮੁੰਡੇ ਬਿਨਾਂ ਵਜ੍ਹਾ ਫੜੇ। ਤੁਹਾਨੂੰ ਕੀ ਲੱਗਦਾ ਕਿਉਂ ਕੀਤਾ ਉਹਨਾਂ ਨੇ ਇਹ, ਕਿ ਸਿਆਸੀ ਲਾਹਾ ਲੈਣ ਦੇ ਲਈ ਜਾਂ ਕਿਵੇਂ ਕਿਉਂ ਕੀਤਾ? ਹੋਰ ਕੋਈ ਅਟੈਨਸ਼ਨ ਮਿਲ ਨਹੀਂ ਰਹੀ, ਕੋਈ ਫਿਰ ਬਣਾ ਲਓ ਕੋਈ ਅਟੈਨਸ਼ਨ ਲੈਣ ਨੂੰ, ਮੈਂ ਕੀ ਕਹਿ ਸਕਦੀ ਹਾਂ। ਤਾਂ ਇਹ ਚੀਜ਼ ਉਹਨਾਂ ਨੂੰ ਪੁੱਛੋ। ਚਾਰ ਕੈਂਡੀਡੇਟ ਨੇ ਮੈਮ, ਹੈ ਨਾ, ਪੂਰੇ ਹੌਟ ਸੀਟ ਹੈ ਬਠਿੰਡਾ ਤੇ, ਪ੍ਰਤੀਕਿਰਿਆ ਸਾਰਿਆਂ ਵੱਲੋਂ ਹੀ ਆ ਰਹੀ ਹੈ, ਤੁਹਾਡੀ ਵੀ ਪ੍ਰਤੀਕਿਰਿਆ ਲਵਾਂਗੇ। ਮੇਰੀ ਤਾਂ ਮੈਂ ਆਪਦੇ ਬਾਰੇ ਦੱਸ ਸਕਦੀ ਹਾਂ, ਮੈਨੂੰ ਕਿਸੇ ਹੋਰ ਬਾਰੇ, ਮੈਨੂੰ ਟਾਈਮ ਹੀ ਨਹੀਂ ਮਿਲਦਾ ਕਿਸੇ ਹੋਰ ਬਾਰੇ ਦੇਖਣ ਦਾ, ਜਾਂ ਮੈਂ ਤਾਂ ਖਬਰਾਂ ਵੀ ਨਹੀਂ ਦੇਖੀਆਂ। ਮੈਂ ਚੁਣੌਤੀ ਮੰਨਦੇ ਹੋ ਕਿਸੇ ਨੂੰ ਇਸ ਬਾਰ ਲੋਕ ਸਭਾ ਹਲਕਾ ਬਠਿੰਡਾ ਤੋਂ? ਚਾਰ ਕੈਂਡੀਡੇਟ ਨੇ, ਹੈ ਨਾ, ਦੋ ਵਾਰ ਸਾਂਸਦ ਵੀ ਰਹੇ ਨੇ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ, ਸੁਖਪਾਲ ਸਿੰਘ ਖਹਿਰਾ, ਕੋਈ ਚੁਣੌਤੀ ਲੱਗਦੀ ਹੈ? ਬਠਿੰਡਾ ਅਰਬਨ ਬਾਰੇ ਜਿੱਥੇ ਕਿ ਮੈਂ, ਜੇ ਮੈਨੂੰ ਤੁਸੀਂ ਨਾਲ ਦਾ ਪਿੰਡ ਵੀ ਜੇ ਬਾਹਰਲਾ ਪੁੱਛ ਲਓ ਤਾਂ ਸ਼ਾਇਦ ਮੈਂ ਜਵਾਬ ਨਾ ਦੇ ਸਕਾਂ, ਕਿਉਂਕਿ ਉਹ ਜਿਹੜੇ ਦਿੰਦੇ ਹੈ, ਜਿਹੜੇ ਕੋਈ ਸਾਰੇ ਇੰਡੀਆ ਦਾ ਜਜਮੈਂਟ ਲਾਈ ਜਾਂਦੇ ਆ ਪਤਾ ਨਹੀਂ ਕਿਵੇਂ, ਆਪਦੇ ਏਰੀਆ ਦਾ ਜਿਹੜਾ, ਮੈਂ ਬਹੁਤ ਪੋਜ਼ਿਟਿਵ ਹੈ ਕਿ ਅਸੀਂ ਆਪਦੇ ਏਰੀਆ 'ਚ ਅੱਗੇ ਜਾਵਾਂਗੇ ਔਰ ਰੱਬ ਸੁੱਖ ਰੱਖੇ ਤਾਂ ਕਾਮਯਾਬ ਆਪਦੇ ਏਰੀਆ 'ਚ ਹੋਵਾਂਗੇ। ਕੋਈ ਮੈਸੇਜ ਦੇਣਾ ਚਾਹੋਗੇ ਦੂਸਰੇ ਕੈਂਡੀਡੇਟ ਨੂੰ? ਮੈਸੇਜ ਦੂਸਰੇ ਕੈਂਡੀਡੇਟ ਨੂੰ ਨਹੀਂ ਪਰ ਜਨਤਾ ਨੂੰ ਕਿ ਪਲੀਜ਼ 5 ਨੂੰ ਵੋਟ ਪਾਇਓ 19 ਤਰੀਕ ਨੂੰ ਔਰ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ। ਕੀ ਲੱਗਦਾ ਕਿੰਨੀ ਲੀਡ ਤੋਂ ਜਿੱਤੋਗੇ? ਨਹੀਂ ਇਹਦਾ ਮੈਂ ਪੋਲੀਟੀਕਲ ਐਨਾਲਿਸਟ ਨਹੀਂ ਕਿ ਮੈਂ ਬੈਠੇ ਬਿਨਾਂ ਵਜ੍ਹਾ ਨਾਲ ਇਹੋ ਜਿਹੀ ਪ੍ਰਚਾਰ ਕਰ ਰਹੇ ਹੋ, ਪਤਾ ਲੱਗ ਹੀ ਜਾਂਦਾ ਆਪਾਂ ਨੂੰ। ਮੈਂ ਵਹਿਮੀ ਵੀ ਬਹੁਤ ਹੈ, ਸੋ ਉਨੀ ਦੇਰ ਤੱਕ ਮੈਂ ਵਹਿਮੀ ਵੀ ਹਾਂ ਬਹੁਤ ਹੈ, ਸੋ ਉਨੀ ਦੇਰ ਤੱਕ ਕੰਮ ਕਰੋ, ਮਿਹਨਤ ਕਰੋ ਕਿ ਲਾਸਟ ਲੈਗ ਹੈ ਕਿ ਪੂਰਾ ਜ਼ੋਰ ਲਾ ਦਈਏ ਤੇ। ਪਰ ਮੈਨੂੰ ਉਹੀ ਗੱਲ ਪੋਜ਼ਿਟਿਵ ਲੱਗ ਰਿਹਾ। ਥੈਂਕ ਯੂ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਜੀ ਬਾਦਲ ਜੀ ਦੇ ਧਰਮ ਪਤਨੀ, ਜਿਨ੍ਹਾਂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਅਤੇ ਨਾਲ ਹੀ ਦੱਸਿਆ ਗਿਆ ਹੈ ਕਿ ਆਉਣ ਵਾਲੀ 23 ਤਰੀਕ ਨੂੰ ਪਤਾ ਲੱਗੇਗਾ ਕਿ ਨਤੀਜੇ ਕੀ ਹੋਣਗੇ। ਪਰ ਜਿੱਥੇ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਇਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂੰ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ।